अल्कोहल कंजम्पशन इज इंजूरियस टू हेल्थ, शराब पीना सेहत के लिए हानिकारक है। ਬੁਲਾਉਣਾ ਤਾਂ ਪੈਣਾ ਹੀ ਆ। ਪ੍ਰਾਹੁਣਾ ਆਖਰ ਪ੍ਰਾਹੁਣਾ ਹੁੰਦਾ। ਉਹ ਜੋਰਿਆ, ਮੈਂ ਤਾਂ ਕਹਿੰਦਾ ਰਹਿਣ ਦੇ, ਪ੍ਰਾਹੁਣੇ ਨੂੰ ਬੁਲਾਉਂਦੇ ਹੀ ਨਹੀਂ। ਉਹ ਜਦ ਵੀ ਆਉਂਦਾ ਬੜਾ ਜਲੂਸ ਕੱਢ ਕੇ ਜਾਂਦਾ। ਉਹ ਮੰਗਣੇ ਤੇ ਵੀ ਬਥੇਰਾ ਗੰਦ ਪਾਊਗਾ। ਉਹ ਊਂ ਤਾਂ ਠੀਕ ਆ, ਆਹ ਦਾਰੂ ਪੀ ਕੇ ਚਾਵਲਾ ਮਾਰਦਾ। ਦਿਲ ਤਾਂ ਮੇਰਾ ਵੀ ਨਹੀਂ ਕਰਦਾ ਬੁਲਾਉਣ ਨੂੰ, ਪਰ ਬਿੰਦਰੋਂ ਨਾਰਾਜ਼ ਨਾ ਹੋ ਜਾਏ ਕਿਤੇ। ਇਹ ਵੀ ਗੱਲ ਤੇਰੀ ਸਹੀ ਆ ਯਾਰ। ਵੀਰੇ ਜੇ ਨਾ ਬੁਲਾਇਆ ਨਾ ਤਾਂ ਰਿਸ਼ਤੇਦਾਰੀ ਖਤਮ ਹੋ ਜੂਗੀ ਆਪਣੀ, ਨਾਲੇ ਬਿੰਦਰ ਭੈਣ ਮੂੰਹ ਮੋਟਾ ਕਰੂਗੀ। ਬੁਲਾ ਲਓ ਨਾ ਵੀਰੇ, ਕੁਛ ਨਹੀਂ ਹੁੰਦਾ। ਉਹ ਪਿਛਲੀ ਵਾਰੀ ਦੇਖਿਆ ਦਾਰੂ ਪੀ ਕੇ ਵਿਹੜੇ 'ਚ ਨੰਗਾ ਘੁੰਮਦਾ ਰਿਹਾ। ਉਹ ਬਥੇਰੀ ਬੇਇੱਜ਼ਤੀ ਕਰਦੇ ਆ, ਪਰ ਸਾਲਾ ਇੰਨਾ ਢੀਠ ਹੈ, ਉਹ ਬੇਇੱਜ਼ਤੀ ਨਹੀਂ ਮੰਨਦਾ। ਉਹ ਢੀਠ ਤਾਂ ਹੈਗਾ, ਆਹ ਬਿੰਦਰ ਦੇ ਮੂੰਹ ਨੂੰ ਚੁੱਪ ਕਰਨਾ ਪੈਂਦਾ, ਨਹੀਂ ਸਾਲੇ ਦਾ ਖੁੱਚਾ ਕੁੱਟਦਾ ਮੈਂ ਤਾਂ। ਕਰ ਦਿਓ ਨਾ ਫੋਨ ਵੀਰੇ, ਮੇਰਾ ਤਾਂ ਬੁਲਾ ਹੀ ਜੀ ਕਰਦਾ ਬਿੰਦਰ ਭੈਣ ਅਤੇ ਲਾਡੀ ਨੂੰ ਮਿਲਣ ਨੂੰ। ਉਹ ਮੈਨੂੰ ਤਾਂ ਇਹ ਡਰ ਹੈ ਕਿਤੇ ਤੇਰੇ ਸਹੁਰੇ ਨੂੰ ਕੋਈ ਕਸੂਤੀ ਗੱਲ ਨਾ ਕਹਿ ਦੇ, ਨਵੀਂ ਰਿਸ਼ਤੇਦਾਰੀ ਹੈ, ਕੀ ਸੋਚਣਗੇ ਉਹ। ਉਹ ਚੱਲ ਕੋਈ ਗੱਲ ਨਹੀਂ ਬੰਤ, ਮੈਂ ਜਾਣਾ ਇਤਕੀ, ਨਾਲੇ ਸਮਝਾ ਕੇ ਆਊਂਗਾ ਪ੍ਰਾਹੁਣੇ ਨੂੰ ਚੰਗੀ ਤਰ੍ਹਾਂ। ਮੈਂ ਕਰਦਾ ਫੋਨ ਬਿੰਦਰੋਂ ਨੂੰ। ਕਰ ਲਾ ਫੋਨ ਉਹਨੂੰ। ਸਤਿ ਸ਼੍ਰੀ ਅਕਾਲ ਬਿੰਦਰ ਭੈਣ। ਹਾਂ ਸਭ ਠੀਕ ਆ, ਤੂੰ ਸੁਣਾ। ਅੱਛਾ ਮੈਂ ਆਉਣਾ ਪਰਸੋਂ ਨੂੰ। ਉਹ ਆਪਣੀ ਰੱਜੋ ਨੂੰ ਮੁੰਡਾ ਦੇਖਣਾ ਆਊਗਾ ਨਾ, ਮੈਂ ਸੋਚਿਆ ਚਲੋ ਐਤਕੀ ਫੋਨ 'ਤੇ ਨਹੀਂ, ਮੈਂ ਆਪ ਕਹਿ ਕੇ ਆਉਣਾ। ਉਹ ਨਾਲੇ ਆ ਚਾਵਲ ਪ੍ਰਾਹੁਣੇ ਨੂੰ ਸਮਝਾ ਕੇ ਜਾਊਂਗਾ। ਉਹ ਨਾਲੇ ਤੂੰ ਸਮਝਾ ਦੀ ਵੀ ਪਿਛਲੀ ਵਾਰੀ ਵਾਂਗੂ ਗੰਦ ਨਾ ਪਾਈ ਜਾਵੇ, ਐਤਕੀ ਆਉਣਾ ਤਾਂ ਬੰਦਾ ਬਣ ਕੇ ਆਵੇ। ਵੀਰਿਆ ਮੇਰੀ ਵੀ ਗੱਲ ਕਰਾ ਦਿਓ ਭੈਣ ਨਾਲ। ਲੈ ਆ ਰੱਜੋ ਨਾਲ ਕਰ ਲਾ ਗੱਲ। ਸਤਿ ਸ਼੍ਰੀ ਅਕਾਲ ਭੈਣੇ, ਹੋਰ ਤੂੰ ਠੀਕ ਠਾਕ? ਗੱਲ ਛੇਤੀ ਕਰ ਲਈ। ਉਹ ਜੋਰਿਆ ਕਾਹਨੂੰ ਫੜਾਇਆ ਯਾਰ ਉਹਨੂੰ ਫੋਨ, ਹੈਂ? ਉਹ ਭੈਣ ਦਾ ਬਹਾਨਾ ਲਾ ਕੇ ਜੀਜੇ ਨਾਲ ਗੱਲਾਂ ਕਰੀ ਜਾਂਦੀ ਆ, ਜਾ ਫੋਨ ਫੜ ਵੀ ਬਣ ਕੇ ਉਤੋਂ। ਚੱਲ ਨਾਲੇ ਮੈਂ ਫੋਨ ਫੜਦਾ, ਨਾਲੇ ਮੈਂ ਸ਼ਹਿਰ ਜਾ। ਹਾਂ ਜਾ, ਚੰਗਾ ਕਰਿਆ ਗੱਲ। ਹੋਰ ਜੀਜਾ, ਚੱਲ ਜੀਜੇ ਦਾ ਤਾਂ ਨਾ ਹੀ ਪੁੱਛਾਂ। ਹੋਰ ਵੀਰਾ ਆ ਗਿਆ ਤੇ ਐਵੇਂ ਗੁੱਸੇ ਹੋ? ਹੋਰ ਸੁਣਾਓ ਕਦੋਂ ਆਉਣਾ ਫਿਰ? ਉਹ ਲਿਆ ਫੜਾ ਫੋਨ ਕੁੜੀਏ, ਲਿਆ, ਨਹੀਂ ਤਾਂ ਮੇਰੇ ਸਾਲੇ ਚਾਵਲ ਪਰਾਉਣੇ ਤੇਰੇ ਨਾਲੇ ਗੱਲਾਂ ਮਾਰੀ ਜਾਣੀਆਂ ਨੇ। ਚੰਗਾ ਮੈਂ ਸ਼ਹਿਰ ਜਾ ਆਇਆ ਵਾਂ, ਤੂੰ ਕਰਦਾ ਨਿਬੇੜ ਕੰਮ। ਬਸ ਫੋਨ ਫੜ ਲਓ ਕੀ, ਉਈ ਲੱਗੀ ਰਹਿੰਦੀ ਗੱਲਾਂ ਮਾਰ। ਐਵੇਂ ਨਾ ਫੋਨ ਤੇ ਲੱਗੀ ਰਿਹਾ ਕਰ ਸਾਰਾ ਦਿਨ। ਹਟਦੀ ਹੈ ਕਿ ਨਹੀਂ? ਠੀਕ ਆ ਮੈਂ ਜਾਣਾ। ਓਕੇ ਓਕੇ। ਜਿਹੜੀ ਨਾਰਪਤੀ ਨੂੰ ਘੂਰੇ ਕੁੱਟ ਕੁੱਟ ਹੱਟ ਕਰਦੀਏ, ਦੂਰੇ ਅਜੇ ਲਾ ਲਈਏ, ਫੜਕੇ ਮੋਗਰੀ ਖੜਕਾ ਦਈਏ, ਫੜਕੇ ਮੋਗਰੀ ਖੜਕਾ ਦਈਏ। ਓ ਪਾਪਾ, ਕੁੱਤੇ ਨਾਲੋਂ ਮਾੜੀ ਜੂਣ ਹੈ ਤੇਰੀ। ਉਹ ਮਰਦ ਬਣੀ ਯਾਰ, ਮਰਦ ਹੋ ਕੇ ਤੂੰ ਟੀਵੀ ਵਾਲੇ ਕੰਮ ਕਰੀ ਜਾਂਦਾ। ਤੂੰ ਮਰਦਾਂ ਦੇ ਨਾਂ ਤੇ ਨਾ ਇੱਕ ਕਲੰਕ ਹੈ, ਕਲੰਕ ਯਾਰ। ਇੰਨਾ ਤਾਂ ਪਤੀਲੇ ਚ ਵੀ ਦਾਲ ਨੀ ਥੱਲੇ ਲੱਗਦੀ ਜਿੰਨਾ ਤੂੰ ਮੰਮੀ ਦੇ ਥੱਲੇ ਲੱਗਿਆ। ਕੀ ਕਰਾਂ, ਇਹ ਸਾਰੇ ਕੰਡੇ ਨਾ ਤੇਰੀ ਦਾਦੀ ਅੰਮਾ ਦੇ ਵਿੱਚ ਹੋਏ ਨੇ। ਨਹੀਂ ਮੈਨੂੰ ਤਾਂ ਨਾ ਸ਼ਹਿਰੋਂ ਅੱਠ ਪੜੀ ਕੁੜੀ ਦਾ ਰਿਸ਼ਤਾ ਹੁੰਦਾ ਸੀ। ਹਾਂ, ਔਰ ਤੇਰੀ ਦਾਦੀ ਕਹਿੰਦੀ ਜੇ ਬਹੂ ਲੈਣੀ ਆ ਤਾਂ ਆਹੀ ਲੈਣੀ ਆ, ਜਿਹੜੀ ਮੈਂ ਕਹੂੰਗੀ ਉਹੀ ਬਹੂ ਆਊਗੀ। ਆ ਘੱਟਦਾ ਪਾਸ ਮੇਰੇ ਬੇੜੇ ਚ। ਚੱਲ ਚੁੱਪ ਕਰ, ਉਹ ਡੈਣ ਆਉਂਦੀ ਆ। ਲੈ ਵਧਾਈਆਂ ਵੀਰੇ ਤੁਹਾਨੂੰ। ਲੈ ਜੀ ਸਦਕੇ ਆ, ਤੇਰੀ ਭੈਣ ਦਾ ਘਰ ਆ, ਲਾਡੀ ਵੀ ਠੀਕ ਆ, ਇਹ ਵੀ ਠੀਕ ਆ, ਮੈਨੂੰ ਕੀ ਗੋਲਾ ਵੱਜਿਆ। ਚੱਲ ਠੀਕ ਹੈ ਵੀਰੇ, ਬਾਕੀ ਗੱਲਾਂ ਆਪਾਂ ਫੇਰ ਕਰਾਂਗੇ, ਮੈਂ ਕੱਟਦੀ ਹਾਂ ਫੋਨ। ਚੱਲ ਠੀਕ ਹੈ। ਨਾਲ ਧੋਤੇ ਨਹੀਂ ਗਏ ਤਾਂ ਇੱਥੋਂ ਕੱਪੜੇ, ਚਿੱਲੜ ਜਾ, ਤੜਕੇ ਦਾ ਦੋ ਕੱਪੜਿਆਂ ਤੇ ਬੈਠਾ। ਉਹ ਬਾਲਾ ਚਿੱਲੜ ਹੈ ਮੰਮੀ, ਮੈਂ ਕਿਹਾ ਛੇਤੀ ਕਰ ਲਾ, ਮੈਨੂੰ ਕਹਿੰਦਾ ਮੈਂ ਤੇਰਾ ਤੇ ਤੇਰੀ ਮਾਂ ਦਾ ਨੌਕਰ ਲੱਗਿਆ। ਓਏ ਕਦ ਕਿਹਾ, ਓਏ ਉਹੀ ਕਰਦਾ, ਮੈਂ ਨਹੀਂ ਕਿਹਾ। ਹਾਂ ਬਸ ਕੀ ਹੈ ਮੰਮੀ,
ਉਹ ਯਾਰ ਧੋਏ ਗਏ ਬਸ, ਤੂੰ ਐਂ ਕਰ ਤੂੰ ਨਾਟਕ ਦੇਖ ਸੱਸ ਬਹੂ ਵਾਲਾ। ਹੈਂ ਮੈਂ ਧੋਨਾ? ਉਹ ਤਾਂ ਮੈਂ ਦੇਖ ਲੂੰਗੀ, ਮੈਂ ਤਾਂ ਐਂ ਕਹਿੰਦੀ ਸੀ ਮੇਰਾ ਜੋਰਾ ਭਾਈ ਆਉਂਦਾ, ਤੂੰ ਨਾ ਜਾ ਕੇ ਦੁਕਾਨ ਤੋਂ ਪਨੀਰ ਫੜ ਲਿਆ ਨਾਲ ਮੱਖਣ ਫੜ ਲਿਆ, ਮੇਰੇ ਭਾਈ ਵਾਸਤੇ ਪਨੀਰ ਦੇ ਪਰੌਂਠੇ ਬਣਾਉਂਗੀ। ਮੰਮੀ ਜੋਰਾ ਮਾਮਾ ਆ ਰਿਹਾ ਹੈ, ਪਾਪੇ ਦੁਪਹਿਰ ਵਾਲੀ ਰੋਟੀ ਤਾਂ ਅੱਜ ਮੁਰਗੇ ਨਾਲ ਹੀ ਚੱਲੂ। ਉਹ ਕਿਹੜਾ ਮੁਰਗਾ? ਲੈ ਕਿਉਂ ਮੇਰੇ ਭਰਾ ਵਾਸਤੇ ਨੀ ਮੁਰਗਾ ਬਣ ਸਕਦਾ, ਤੇਰਾ ਗਏ ਦਾ ਕਿੰਨਾ ਕਰਦੇ ਨੇ, ਤੂੰ ਮੇਰੇ ਭਰਾ ਨੂੰ ਮੁਰਗੇ ਨਾਲ ਨੀ ਰੋਟੀ ਖਵਾ ਸਕਦਾ। ਓਏ ਮੈਂ ਤਾਂ ਪੁੱਛਦਾ ਸੀ ਵੀ ਕਿਹੜਾ ਮੁਰਗਾ, ਦੇਸੀ ਜਾਂ ਬ੍ਰਾਇਲਰ? ਉਹ ਪਾਪਾ ਦੇਸੀ ਲੈ ਆ, ਬ੍ਰਾਇਲਰ ਚ ਕੀ ਹੁੰਦਾ ਖਾਣ ਵਾਲਾ, ਚੱਲ ਉੱਠ ਛੇਤੀ ਉੱਠ ਲਾ ਹੁਣ। ਠੀਕ ਆ, ਆ ਰਹਿ ਗਏ ਮੇਰੇ ਦੋ ਕੱਪੜੇ। ਚੱਲ ਮੰਮੀ ਜਾ, ਕਿਸਮਤ ਹੋਵੇ ਫੁੱਦੂ ਤਾਂ ਕੀ ਕਰੇਗਾ ਬਾਨਵਟੀ ਦਾ ਦੁੱਧੂ, ਕਿੱਥੇ ਫਸ ਗਿਆ ਓਏ, ਇਹ ਤਾਂ ਲੇਖਾ ਦੇਣਾ ਹੀ ਪਊਗਾ, ਪਨੀਰ ਵਾਲੇ ਪਰੌਂਠੇ ਮੁਰਗਾ, ਇਹ ਸਾਲਾ ਜੇਬ ਖਾਲੀ ਕਰਕੇ ਜਾਊ ਮੇਰਾ ਸਾਲਾ। ਮੇਰਾ ਕੋਈ ਰਿਸ਼ਤੇਦਾਰ ਆ ਜਾਏ ਨਾ, ਇਹਦੇ ਮੌਤ ਪੈ ਜਾਂਦੀ ਆ, ਚਾਹ ਤੱਕ ਨਹੀਂ ਬਣਾਉਂਦੀ, ਮੇਰਾ ਇਹ ਦੁਖਦਾ ਮੇਰਾ ਉਹ ਦੁਖਦਾ, ਹੁਣ ਤਾਂ ਭਾਈ ਆ ਰਿਹਾ ਮੈਨੂੰ ਆ ਲਿਆ ਦੇ ਮੀਟ ਲਿਆ ਦੇ ਰਸਗੁੱਲੇ ਲਿਆ ਦੇ ਲਿਆ ਦੇ ਨਾ ਕੁੱਕੜ। ਬੇ ਉੱਠ ਖੜ ਹੁਣ, ਓਏ ਓਏ ਆਇਆ ਆਉਣਾ ਨਾ, ਮਰ ਜਾਣਾ ਜਿਹੜੇ ਕੰਮ ਨੂੰ ਲੱਗਦਾ ਗਿੱਲਾ ਪੀਣਾ ਪਾ ਕੇ ਬਹਿ ਜਾਂਦਾ। ਓਏ ਆ ਗਿਆ, ਉਹ ਰੋਕ ਰੋਕ ਰੋਕ, ਉਹ ਬਸ ਆਹੀ ਆ, ਉਹ ਰੋਕ ਲਾ ਹੁਣ ਕਿ ਘਰੇ ਲੈ ਕੇ ਜਾਏਗਾ। ਹਾਂ ਵੀ ਕਿੰਨੇ ਪੈਸੇ ਹੋ ਗਏ? ਅਰੇ ਬੰਤਾ ਤਾਂ ਬਹੁਤ ਹੈ ਸਰਦਾਰ ਜੀ, ਆਪਾਂ ਇਸਾ ਕਰੋ 50 ਰੁਪਈਆ ਦੇ ਦਿਓ। 50 ਰੁਪਈਏ? ਉਹ ਆ ਪਿਛਲੇ ਮੋੜ ਤੋਂ ਤਾਂ ਬੈਠਾ, ਉਹ ਮੈਨੂੰ ਕੀ ਦਿੱਲੀ ਵਾਲੇ ਹਵਾਈ ਅੱਡੇ ਤੋਂ ਲੈ ਕੇ ਆਇਆ? ਹੈਂ ਹਵਾ ਖਰਾਬ ਹੋ ਰਹੀ ਹੈ ਤੁਹਾਡੀ, ਆਹ ਫੜ 10 ਰੁਪਈਏ। ਸਿਰਫ 10 ਰੁਪਈਆ? ਅਰੇ ਸਰਦਾਰ ਜੀ 10 ਰੁਪਏ ਮੈਂ ਤੋਂ ਮੱਛੀ ਚਾਵਲ ਵੀ ਨਹੀਂ ਆਤਾ। ਉਹ ਮੱਛੀ ਚਾਵਲ ਦੀ ਥਾਂ ਤੈਨੂੰ ਕਿਤੇ ਬੱਕਰਾ ਨਾ ਖਵਾ ਦਿਆਂ, ਉਹ ਲੈਣਿਆ ਤਾਂ ਲੈ ਨਹੀਂ ਡੰਡੀ ਪਏ। ਅਰੇ ਸਰਦਾਰ ਜੀ 10 ਰੁਪਈਆ ਲੈ ਤੋ ਲੇਤਾ ਹੂੰ, ਪਰ ਕਭੀ ਹਮਾਰ ਬਿਹਾਰ ਮੈਂ ਆਨਾ ਫਿਰ ਬਤਾਊਂਗਾ ਆਪਕੋ ਮੈਂ। ਅੱਛਾ, ਉਹ ਤੇਰੇ ਬਿਹਾਰ 'ਚ ਤਾਂ ਜਦੋਂ ਆਊ ਮੈਂ ਦੇਖੀ ਜਾਊ, ਪਰ ਪਹਿਲਾਂ ਮੈਂ ਤੈਨੂੰ ਪੰਜਾਬ 'ਚ ਸਿਖਾ ਦਿਆਂ ਵੀ ਗੱਲ ਕਿਵੇਂ ਕਰੀ ਦੀ ਹੈ। ਖੜ ਮੇਰਾ ਸਾਲ ਕੜਿਆ। ਅਰੇ ਸਰਦਾਰ ਜੀ, ਅਰੇ ਅਰੇ ਬਾਹਰ ਕਾਹੇ ਰਹੇ ਹੋ, ਅਰੇ ਗਲਤੀ ਹੋ ਗਈ ਕਿ? ਅਰੇ ਛੋੜੋ ਨਾ, ਅਰੇ ਸਰਦਾਰ ਜੀ, ਅਰੇ ਅਰੇ ਛੋੜੋ ਨਾ ਸਰ, ਖੜੋ ਖੜੋ। ਅਰੇ ਸਾਲਿਆਂ ਨੇ ਪੰਜਾਬ 'ਚ ਆ ਕੇ ਗੰਦ ਪਾਇਆ ਪਿਆ ਭਾਈਆਂ ਨੇ, ਸਾਲਾ ਮੱਛੀ ਚੌਲ ਖੜ ਹੁਣ। ਕੋਈ ਦੇਖਦੇ ਨਹੀਂ ਵਿਹੜੇ 'ਚ? ਓ ਬਿੰਦਰ ਭੈਣ ਉਹ ਖੜੀ ਆ, ਸਤਿ ਸ੍ਰੀ ਅਕਾਲ ਬਿੰਦਰ ਭੈਣ। ਸਤਿ ਸ੍ਰੀ ਅਕਾਲ ਵੀਰੇ, ਨੀ ਮੈਂ ਸਦਕੇ ਮੇਰਾ ਭਾਈ ਆ ਗਿਆ, ਨੀ ਮੇਰੇ ਬਾਬਲ ਦੇ ਵਿਹੜੇ ਦੀ ਸ਼ਾਨ। ਵੇ ਲਾਡੀ, ਵੇ ਤੇਰਾ ਮਾਮਾ ਆ ਗਿਆ ਵੇ, ਹੋ ਦੇਖ ਜਾ ਪੱਤਾ ਲਿਆ ਹੱਟ ਤੂੰ, ਵੇ ਕੱਟਾ ਜਾ ਲਿਆਈ, ਉਹਦੇ ਨਾਲ ਘੇਰ ਉੱਤਰ ਜਾਂਦੀ ਹੈ ਬੱਸ ਦੀ। ਮੈਂ ਖੋਲਾਂ ਗੇਟ ਔਰ ਆਪਣੇ ਗਾਜਰਾਂ ਦਿੱਤੀਆਂ ਨੀ ਰੰਬਾ ਵਿੱਚੇ ਝੱਲੂਗਾ, ਔਰ ਆਪਣੇ ਗਾਜਰਾਂ ਦਿੱਤੀਆਂ ਨੀ ਰੰਬਾ ਵਿੱਚੇ ਝੱਲੂਗਾ। ਓ ਪਾਪਾ ਤੇਰਾ ਸਾਲਾ ਆ ਗਿਆ, ਕਰ ਲਾ ਸਵਾਗਤ, ਨਹੀਂ ਤਾਂ ਮੰਮੀ ਤੇਰਾ ਸਵਾਗਤ ਕਰ ਦੂ। ਸਾਲਾ ਹੀ ਆਇਆ, ਗਾਹ ਮੋਦੀ ਆ ਗਿਆ ਸਵਾਗਤ ਕਰਨ ਨੂੰ, ਹੁਣ ਤਾਂ ਮੋਦੀ ਦਾ ਸਵਾਗਤ ਨਹੀਂ ਕਰਦਾ ਕੋਈ। ਸਤਿ ਸ੍ਰੀ ਅਕਾਲ ਭਾਈ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਵੀਰੇ, ਸਤਿ ਸ੍ਰੀ ਅਕਾਲ। ਹੋਰ ਠੀਕ ਠਾਕ ਹੋ? ਠੀਕ ਠਾਕ। ਆ ਸੁਣਦੇ ਹੋ ਜੀ, ਆ ਦੇਖੋ ਮੇਰਾ ਭਾਈ ਆ ਗਿਆ, ਆ ਜਾ ਵੀਰੇ ਆ ਜਾ ਆ ਜਾ। ਉਹ ਕਿਵੇਂ ਆ ਪ੍ਰਾਹੁਣੇ ਆ? ਓਏ ਆ ਵੀ ਸਾਲਾ ਸਾਹਿਬ, ਆ ਜਾ ਆ ਜਾ ਆ ਜਾ ਬਹਿ ਜਾ। ਓ ਸਤਿ ਸ੍ਰੀ ਅਕਾਲ ਮਾਮਾ ਜੀ। ਸਤਿ ਸ੍ਰੀ ਅਕਾਲ ਪੁੱਤ, ਸਤਿ ਸ੍ਰੀ ਅਕਾਲ। ਓ ਲਿਆ ਬੈਠਣਾ ਦਿੱਤਾ ਬਈ, ਓਏ ਮਸਾਂ ਹੀ ਕਿਹੜਾ ਮਾਰਿਆ ਸਾਲਾ ਸਾਹਿਬ ਨੇ। ਓ ਬਸ ਬਸ, ਉਹ ਤਾਂ ਜੀਜਾ ਆਪਣੀ ਰੱਜੋ ਦਾ ਮੰਗਣਾ ਕਰਨਾ, ਤੈਨੂੰ ਸੱਦਾ ਦੇਣ ਆਇਆ ਸੀ। ਅੱਛਾ। ਹਾਂ, ਉਹ ਮੈਂ ਆਖਿਆ ਮੈਂ ਜਾ ਕੇ ਕਹਿਣਾ। ਓ ਰੱਜੋ ਮਾਸੀ ਦਾ ਮੰਗਣਾ, ਫਿਰ ਤਾਂ ਰਸਗੁੱਲੇ ਤੇ ਗੁਲਾਬ ਜਾਮਨ ਦੀਆਂ ਮੋਜਾਂ ਲੱਗਣਗੀਆਂ ਮੋਜਾਂ। ਓ ਜਿੰਨੇ ਮਰਜ਼ੀ ਪੁੱਤਰਾ, ਤੇਰੀ ਜਾਨ ਨੂੰ ਗੁਲਾਬ ਜਾਮਣਾ ਦਾ ਤੋੜਾ। ਲੈ ਵੀਰੇ ਚਾਹ ਪੀ। ਓ ਲਿਆ ਲਿਆ ਭਾਈ ਚਾਹ ਲਿਆ। ਤੜਕੇ ਦਾ ਤੁਰਿਆ ਹੋਏਗਾ ਘਰੋਂ। ਆ ਲੈ ਭਾਈ, ਆ ਕੇਲਿਆਂ ਵਾਲਾ ਝੋਲਾ ਹੈ, ਇਹਦੇ ਵਾਸਤੇ ਲੈ ਕੇ ਆਇਆ ਸੀ ਲਾਡੀ ਵਾਸਤੇ ਕੇਲੇ। ਓ ਸਾਲਾ ਸਾਹਿਬ, ਜੇ ਮੰਗਣਾ ਰੱਖਤਾ ਹੁਣ ਚੱਕ ਵੀ ਆਪੇ ਲਿਓ। ਹਾਂ ਅਸੀਂ ਨਹੀਂ ਆਉਂਦੇ ਹੈਗੇ, ਸਾਡੀ ਤਾਂ ਨਾਂ ਹੈ। ਉਹ ਪ੍ਰਾਹੁਣਿਆ, ਆਹੀ ਗੱਲਾਂ ਮਾੜੀਆਂ ਨੇ ਤੇਰੀਆਂ, ਆਕੜ ਬਹੁਤ ਛੇਤੀ ਜਾਂਦਾ। ਉਹ 25 ਨੂੰ ਸ਼ਗਨ ਵਾਲੇ ਆਉਣਗੇ ਤੇ
ਤੁਸੀਂ ਦੋਨੇ ਜਾਣੇ 24 ਨੂੰ ਪਹੁੰਚ ਜਿਓ ਤੇ ਨਾਲੇ ਤੂੰ ਪਰਾਉਣੇ ਆ ਹਿਸਾਬ ਸਿਰ ਰਹੀ ਕਿਤੇ ਉਹੀ ਖਾ ਪੀ ਕੇ ਗੰਦ ਪਾਈ ਜਾਵੇਂ ਤੂੰ ਮੰਗਣੇ ਬਾਰੇ ਦੱਸਣ ਆਇਆ ਹੋ ਕਿ ਮੇਰੀ ਬੇਇੱਜ਼ਤੀ ਕਰਨ ਆਇਆ ਹੋ ਲੈ ਠੀਕ ਹੀ ਕਹਿੰਦਾ ਵੀਰਾ ਪਿਛਲੀ ਵਾਰੀ ਦੇਖਿਆ ਤੂੰ ਕਿਵੇਂ ਗੰਦ ਪਾਇਆ ਸੀ ਪਰ ਕੋਈ ਨਹੀਂ ਵੀਰੇ ਐਤਕੀ ਮੈਂ ਇਹਨੂੰ ਸਮਝਾ ਕੇ ਲਿਆਉਂਗੀ ਉਹ ਹੋਰ ਭੈਣੇ ਨਵੀਂ ਨਵੀਂ ਰਿਸ਼ਤੇਦਾਰੀ ਆ ਉਹ ਚੰਗਾ ਨਹੀਂ ਲੱਗਦਾ ਉਹ ਅਗਲਾ ਕੀ ਕਹੂ ਵੀ ਇਹਨਾਂ ਦਾ ਪ੍ਰਾਹੁਣਾ ਇਹੋ ਜਿਹਾ ਜੇ ਐਡੀ ਮਾੜਾ ਲੱਗਦਾ ਹਾਂ ਮੈਂ ਆਉਂਦਾ ਹੀ ਨਹੀਂ ਜਾਓ ਪਰ ਲੋਕਾਂ ਨੂੰ ਵੀਰੇ ਤੇਰਾ ਜੀਜਾ ਤਾਂ ਮੂੰਹ ਦਾ ਹੀ ਭੌਂਕਾ ਹੈ ਇਹਦੇ ਦਿਲ 'ਚ ਨਹੀਂ ਕੁਛ ਹੈਗਾ ਕੋਈ ਨਾ ਵੀਰੇ ਅਸੀਂ ਆਵਾਂਗੇ ਬਿੰਦਰੇ ਕਦੇ ਕਹਿਤਾ ਸਾਨੂੰ ਐਂ ਲੱਗਦਾ ਭੈਣੇ ਵੀ ਅਸੀਂ ਤੈਨੂੰ ਇਹਦੇ ਨਾਲ ਵਿਆਹ ਕੇ ਗਲਤੀ ਕਰ ਬੈਠੇ ਧੰਨਾ ਤੂੰ ਜਿਹੜੀ ਇਹਦੇ ਨਾਲ ਕੱਟੀ ਜਾਂਦੀ ਹੈ ਵੀ ਕਾਹਨੂੰ ਵੀਰੇ ਤੇਰਾ ਜੀਜਾ ਤਾਂ ਮੂੰਹ ਦਾ ਹੀ ਭੌਂਕਾ ਹੈ ਇਹਦੇ ਦਿਲ 'ਚ ਨਹੀਂ ਕੁਛ ਹੈਗਾ ਉਹ ਚੱਲ ਚੰਗਾ ਭੈਣ ਮੈਂ ਚੱਲਦਾ ਉਹ ਐਵੇਂ ਕਿਤੇ ਮੇਰੇ ਨਾਲ ਲੜ ਲੁੜ ਨਾ ਪਵੇ ਨਹੀਂ ਨਹੀਂ ਵੀਰੇ ਕੋਈ ਨਹੀਂ ਰੋਟੀ ਤੂੰ ਦੁਪਹਿਰ ਵਾਲੀ ਖਾ ਕੇ ਜਾਈ ਉਹ ਰੋਟੀ ਨੂੰ ਕੀ ਲੱਗਿਆ ਭਾਈ ਰੋਟੀ ਰੋਟੀ ਮੈਂ ਖਾ ਕੇ ਆਇਆ ਨਹੀਂ ਨਹੀਂ ਵੀਰੇ ਰੋਟੀ ਤਾਂ ਮੈਂ ਬਣਾਉਂਗੀ ਚੱਲ ਵੀ ਲਾਡੀ ਤੇਰੇ ਮਾਮੇ ਵਾਸਤੇ ਰੋਟੀ ਬਣਾਈ ਉਹ ਸਾਲਾ ਸਾਹਿਬ ਜੇ ਤੂੰ ਨਾ ਆਉਂਦਾ ਨਾ ਮੈਂ ਨਹੀਂ ਆਉਂਦਾ ਤਾਂ ਮੰਗਣੇ ਤੇ ਨਾ ਆਪਣੀ ਵੀ ਠੁੱਕਾ ਕੋਈ ਹਾਂ ਕਮਾਲ ਆ ਯਾਰ ਉਹ ਨਹੀਂ ਆਉਂਦਾ ਫਿਰ ਨਾ ਸਹੀ ਮੇਰਾ ਮਤਲਬ ਇਹ ਨਹੀਂ ਆਊਂਗਾ ਆਊਂਗਾ ਚੱਲ ਮੁਰਗਾ ਬਣਾਇਆ ਚੱਲ ਚੱਲ ਆ ਜਾ ਉਹ ਪ੍ਰਾਹੁਣਿਆ ਨਾਲੇ ਗੱਲ ਸੁਣ ਕੰਨ ਖੋਲ ਕੇ ਸੁਣੀ ਹਾਂ ਹਾਂ ਉੱਥੇ ਆ ਕੇ ਗੰਦ ਨਾ ਪਾਉਣ ਲੱਗ ਜੀ ਨਹੀਂ ਫਿਰ ਐਤਕੀ ਤੇਰੀਆਂ ਖੁੱਚਾਂ ਕੁੱਟੀ ਲੈ ਗੁੱਸਾ ਨਹੀਂ ਕਰਿਆ ਕਰਦੇ ਸਾਲਾ ਸਾਹਿਬ ਗੁੱਸਾ ਨਹੀਂ ਤੈਨੂੰ ਸਮਝਾਉਣਾ ਤੂੰ ਵੱਡਾ ਨਾ ਤੈਨੂੰ ਤਾਂ ਸਮਝਾਉਣਾ ਚੱਲ ਆ ਚੱਲੀਏ ਚੱਲ ਆ ਜਾ ਚੱਲ ਆ ਜਾ ਫਿਰ ਰੋਟੀ ਖਾਈਏ ਉਹ ਲਿਆ ਭਾਈ ਕੁੜੀਏ ਰੋਟੀ ਭੁੱਖ ਲੱਗੀ ਆ ਕਦਾ ਬੁਲਾਈ ਜਾਣਾ ਤੈਨੂੰ ਮੈਂ ਲੈ ਵੀਰੇ ਰੋਟੀ ਖਾ ਲੈ ਲਿਆ 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 ਜਲਦੀ ਕਰ ਵੀਰੇ ਦੇਖੀ ਦੋ ਦਿਨ ਹੋ ਗਏ ਜੋਰੇ ਵੀਰੇ ਗਏ ਨੂੰ ਹਾਲੇ ਤੱਕ ਆਇਆ ਨੀ ਓਏ ਆ ਜਾਊਗਾ ਪਹਿਲਾਂ ਮੈਨੂੰ ਰੋਟੀ ਖਾ ਲੈਂਦੇ ਬਾਈ ਜੈ ਹੋ ਸੱਚਿਆ ਪਾਤਸ਼ਾਹ ਭਲਾ ਕਰੀ ਸਭ ਦਾ ਲੈ ਆਓ ਬੈਠਾ ਲੈ ਆਓ ਆ ਗਿਆ ਹਾਂ ਬਾਈ ਜਾਇਆ ਬਿੰਦਰ ਭੈਣ ਦੇ ਜਾ ਆਇਆ ਬਾਈ ਉਹ ਕੰਜਰ ਬੋਲਿਆ ਤੇ ਨਹੀਂ ਕੁਛ ਕੌਣ ਪ੍ਰਾਹੁਣਾ ਉਹ ਉਹਦੀਆਂ ਤਾਂ ਉਹੀ ਰਾਮ ਕਹਾਣੀਆਂ ਨੇ ਪਰ ਇੱਕ ਗੱਲ ਆ ਬੰਤ ਐਤਕੀ ਸੇਵਾ ਬਹੁਤ ਕੀਤੀ ਉਹਨੇ ਅੱਛਾ ਉਹ ਕਿਧਰੇ ਦੇਸੀ ਦਾਰੂ ਉਹ ਕਿਧਰੇ ਦੇਸੀ ਮੁਰਗਾ ਨਾਲ ਪਨੀਰ ਵਾਲੇ ਪਰੌਂਠੇ ਓਏ ਆਪਾਂ ਕਿਹੜਾ ਕਸਰ ਛੱਡਦਾ ਕੋਈ ਜਦੋਂ ਆਉਂਦਾ ਯਾਰ ਪਰ ਪ੍ਰਾਹੁਣਾ ਨਹੀਂ ਖੁਸ਼ ਹੁੰਦਾ ਆਪਾਂ ਤੋਂ ਜਦ ਵੀ ਆਉਂਦਾ ਕੰਜਰ ਲੜ ਕੇ ਹੀ ਜਾਂਦਾ ਕੋਈ ਨਾ ਵੀਰੇ ਤੁਸੀਂ ਚੁੱਪ ਰਿਹਾ ਕਰੋ ਸੁਭਾਈ ਏਦਾਂ ਦਾ ਜੀਜੇ ਬੋਲੀ ਜਾਂਦੋ ਜੋ ਬੋਲਦਾ ਓਏ ਅਸੀਂ ਕਿਹੜਾ ਗੋਲੀ ਮਾਰਦੇ ਹਾਂ ਕੁੜੀ ਉਹਦੇ ਉਹ ਤਾਂ ਆਪੇ ਕੁੱਤੇ ਵਾਂਗੂ ਭੌਂਕੀ ਜਾਂਦਾ ਓਏ ਅਸੀਂ ਬਥੇਰੀ ਇੱਜ਼ਤ ਕਰਦੇ ਹਾਂ ਉਹਨੂੰ ਕਰਾਉਣੀ ਨਹੀਂ ਆਉਂਦੀ ਚੱਲ ਛੱਡ ਯਾਰ ਤੂੰ ਤੂੰ ਐਂ ਕਰ ਦੇਸੀ ਦੀਆਂ ਨਾ ਦੋ ਪੈਪਸੀਆਂ ਫੜ ਕੇ ਲਿਆ ਨਾਲੇ ਹਲਵਾਈ ਨੂੰ ਕਹਿ ਦੀ 24 ਨੂੰ ਆ ਕੇ ਨਾ ਥੋੜ੍ਹੀ ਜਿਹੀ ਮਿਠਾਈ ਕੱਢ ਜੂਗਾ ਠੀਕ ਹੈ ਨਾਲੇ ਸਗਨ ਵਾਲਾ ਸੂਟ ਰੱਜੋ ਦਾ ਜੱਸਲ ਟੇਲਰ ਨੂੰ ਦੇ ਦਿਓ ਬਣਨਾ ਠੀਕ ਹੈ ਅਤੇ ਮੈਂ ਸ਼ਹਿਰੋਂ ਸੌਦਾ ਪੱਤਾ ਲਿਆਵਾਂ ਥੋੜ੍ਹਾ ਜਿਹਾ ਅਤੇ ਰੱਜੋ ਭਾਈ ਤੂੰ ਨੈਣ ਨੂੰ ਕਹਿ ਦੀ ਹੈ ਆ ਜੂਗੀ ਉਹਦੇ ਭਾਂਡੇ ਟਿੰਡੇ ਸਾਂਭ ਲੂਗੀ ਕਹਿ ਦੂੰਗੀ ਵੀਰੇ ਕਹਿ ਦੂੰਗੀ ਕਹਿ ਦੂੰਗੀ ਸੱਚਿਆ ਪਾਤਸ਼ਾਹ ਚੱਲ ਓਏ ਬਾਈ ਵੀਰੇ ਰੋਟੀ ਲਿਆਵਾਂ ਉਹ ਬਸ ਭਾਈ ਮੈਂ ਤਾਂ ਰੱਜਿਆ ਹੋਇਆ ਤੂੰ ਆਪਣੇ ਹੀ ਖਾ ਲਾ ਨਾਲੇ ਮੈਂ ਹਲਵਾਈ ਨੂੰ ਕਹਿ ਆਵਾਂ ਆ ਬੰਤ ਬਾਈ ਕਹਿ ਕੇ ਗਿਆ ਇਹਦਾ ਵੀ ਪਤਾ ਨਹੀਂ ਪਤੰਦਰ ਦਾ ਇਹ ਵੀ ਪ੍ਰਾਹੁਣੇ ਵਾਂਗੂ ਛੇਤੀ ਉਡਿੰਗ ਹੋ ਜਾਂਦਾ ਹੈ ਆ ਲੈ ਆ ਝੋਲਾ ਰੱਖ ਅੰਦਰ ਮੈਂ ਚੱਲਦਾ ਬੇ ਪੁੱਤ ਕਰਨ ਤਿਆਰੀ ਆ ਪਰਸੋਂ ਆਪਾਂ ਜਾਣਾ ਏ ਹਾਂ ਬੇਬੇ ਤਿਆਰੀ ਆ ਤੂੰ ਮਾਮੇ ਹੋਰਾਂ ਨੂੰ ਕਹਿਤਾ ਸੀ ਹਾਂ ਪੁੱਤ ਤੇਰੇ ਮਾਮੇ ਹੋਰਾਂ ਨੂੰ ਤਾਂ ਫੋਨ ਕਰਤਾ ਸੀ ਪਰ ਤੂੰ ਹੁਣ ਦੋ ਦਿਨ ਨਾ ਘਰੋਂ ਬਾਹਰ ਨਾ ਜਾਈ ਸ਼ਗਨਾਂ ਦਾ ਕੰਮ ਹੈ ਐਵੇਂ ਕੁੱਤਾ ਬਿੱਲਾ ਮੱਥੇ ਲੱਗ ਜੂ ਉਹ ਨਹੀਂ ਜਾਂਦਾ ਮੇਰੀ ਮਾਂ ਬੇ ਪੁੱਤ ਤੇਰੇ ਸਹੁਰਿਆਂ ਦਾ ਫੋਨ ਆਇਆ ਸੀ ਕਹਿੰਦੇ ਘਰੇ ਹੀ ਦੇਖ ਦਿਖਾਈ ਕਰਨੀ ਆ ਹਾਂ ਮੈਨੂੰ ਵੀ ਆਇਆ ਸੀ ਫੋਨ ਹੈ ਬੇ ਤੈਨੂੰ ਕਿਹਦਾ ਫੋਨ ਆਇਆ ਸੀ ਤੇਰੀ ਹੋਣ ਵਾਲੀ ਨੂੰ ਦਾ ਹੋਰ ਕਿਹਦਾ ਹਾਏ ਹਾਏ ਨਹੀਂ ਮੈਂ ਮਰ ਜਾਂ ਅੱਜ ਕੱਲ੍ਹ ਦੇ ਬੱਚੇ ਕਿੰਨੇ ਚਲਾਕ ਹੈ ਆਹ ਸਾਡਾ ਟਾਈਮ ਹੁੰਦਾ ਸੀ ਵਿਆਹ ਤੋਂ ਬਾਅਦ ਵੀ ਕੋਈ ਚੱਜ ਨਾਲ ਗੱਲ ਨਹੀਂ ਸੀ ਕਰਦਾ ਹੁੰਦਾ ਬੇਬੇ ਹੁਣ ਟਾਈਮ ਕੁਛ ਹੋਰ ਹੈ
जे तू ते बापू ब्याह तो पहला मिले होंगे थोड़ा ब्याह होना सी। अच्छा मैनू तो बथेरे रिश्ते हो जाने सी। आ पर तेरे बापू ने नहीं सी कोई रिश्ता होना। चल पुत आए कर मैं तेनू ना रोटी पा के दंदी है। तू रोटी खा के ना अपने चाचे दे मुंडे नू बोलिया कि गड्डी आपे चलाऊगा वो। तू ना पुत गड्डी चलाई। कोई ना बेबे मैं कह दूंगा उनू जा रोटी लिया दे। ठीक है पुत। ओ पापा उठ खड़ी यार मामे दे नहीं जाना बस में सो जू। ओ किधर ने तेरी बस में सोंदी। ओ मम्मी ए नहीं उठदा मेरे तो तू उठा। ब्याह नहीं उठदा है मैं आउनी आ। बे उठ खड़ हां पे लम्मियां ताणी जाना लाडी दे मामे दे जे आपदे किसी रिश्तेदार दे जाना हो 4 बजे तैयार होके भेजू। ओ भाग जांगे किधर नहीं बस लेट आउंदी और आजूगी। चल ठीक आ पानी गर्म करो मैं नहाना फिर। किधरे ने तेरी ठंडे ना जान निकल दी। हाँ चुप करके ना ला ऊ पा मैं हफ्ता ना नावे ते जदों किते जाना हो नहाउण बैठ जूगा। ओ पापा हो जा तैयार यार मेरे गुलाब जामुन ठंडे हो जांदे हैं बस मैं सो जू यार समझदे ही नहीं तू गल। ओ बाला बुड़बुड़ ना कर पता नहीं केड़ा है जा माड़ा टाइम था जद भाई ने आनंद पढ़ाई तेरे नाल मैं तो कहना रब करके मर जाए पाठी ओह। वे होर कोई आउंदी भी नहीं सी तेरे बे तू शुक्र मना मेरे मापिया का जिन्ना ने तेरा घर बसाता तेन तो कुड़ी की तेन तो कोई कुत्ती ना देवे। ओ यार लड़ना पे तुसी दोवे हुण उधर मेरे गुलाब जामुन ठंडे हो जाते हैं उपरो शकना का टाइम है तुसी अपनी माँ पर छिड़ी बैठे हो। आ तेरे प्यो नू कह मैं तो बोल दी हुई नहीं। हाँ तू कहू बोल दिया आ जी गिठी चिट्ठी लगी है ना इन आराम दिलिया कर भोरा। हाँ बे तू होवेगा तैयार हो क्या बनावा तेन बंदा भुनड़े ने कखों हौली करती जा जाके ना ला किते तेरे ही ना उन्हां नाल शगन पाउणा पै जे। नो ना नो ना गुस्से ना होया कर सड़े हण मुश्किया जा जा ना ला उठ के। ओ नो ना। ओ मम्मी तू ही चुप कर जा ओही ब्लड प्रेशर वधाई जानी है ए तो टीट है जमा। बे मेरे तो कर्म ही माड़े सी कित्थों बुझड़ पले पिया। चल आपां बैग बूग तैयार करिए। बिंदर भैन मेरा तो बाले जी करी जांदा सी तैनू ते लाडी नू मिलनू। ओ मासी मेरे पापे दा भी बड़ा जी कर रहा सी तैनू मिलनू। चल बे प्यो वर्गा नी रज्जो तू आए दस मुंडा किद्दां दा सोहना भैने किते तेरे जीजे वर्गा तो नहीं। ना ना भैने वीरे हुणी कहिंदे एक वारी गलती होगी दोबारा नहीं गलती करनी। ओहो मैं तां गल्लां गल्लां च भुल्ली गई लै वे लाडी तेरे वास्ते नींबू पानी बनाया सी। मासी तू तो बड़ी घेट है मेरी मम्मी तो तू ही होनी चाहिदी सी। चल वे मासियां भी मावां वर्गियां हुंदियां। बिंदर भैन मटर पनीर बनाया रोटी लियावां पाके। मासी गुलाब जामुन नहीं बनाए। ये बनाए हैं वो भी लियानी आ। वे लाडी तेरे प्यो दी निगाह रखी किते आउंदे ही ना शराब पीण बह जे। ओ ध्यान की रखना मम्मी मामे होरां ने तां खोल भी लीती पैप्सी दी बोतल हुण देखी किवें आउंदियां चीकां तेरी माँ दी तेरी भैन दी बस आई कुछ होना है हुना। तेरे मामे होर भी ना बस एवं प्यादे ने बे रौला जिहा तां लग गया पैण। बे लाडी चल वे देखिए कि उही कम कर दे। अब बैग जाके बढ़ा दो। चल पानी पा। ओ साब नाल जीजा जे दारू बगानी है आ ढिड दा तेरा अपना ओ बाद च फिर बिच मुती जाएगा। साला साहब साली दे मंगने दी खुशी च ऐं चलूगी आथण तक ऐं चलूगी तां रोक नहीं सकदा तू ना। और रोकदा कौन है जीजा बस पी के लिमिट च रही खिल रही ना ठीक है। साले वो डरते बहुत ना तुसी जिहड़ी एडा का दिल है थोड़ा का एडा का। हाँ चल फेक पा पा फेक। ओ मैं कहना रहन दे जीजा अद्धी बोतल पी गया तू ओ फिर तू नंगा होके खड़ जाना फिर तेनू चादर की संभाल भी नहीं रहिंदी। साले हो जे बेइज्जती करनी होंदी है ओए
फिर करें की भला नन्हे होए तू पैग पाएगा नहीं ओ पैग तो जिन्हें मर्जी पी ला जीजा बस साढ़े दिल की ख्वाहिश है एक पी के लिमिट च रही जड़े भैन दे जड़े दे मैनू लिमिट च मंगाओगे ओए पुराना छोटा पुराना लोग जवाई भाई दे तले पैन जाते ने तुसी साली इज्जत नहीं करते पुराने की है हैं कहना है? रोक तू हैं छोटी मैं लाए लाए छोटी भैन अब बनते हैं ओनू चुप करा ला नहीं थापड़े खाऊ साला मेथो गेड़ा साला मारूगा थापड़े वे भैन यार ओ पुराना थोड़ा कोई इज्जत करनी सीखो ओ कोई नहीं मारदा जीजा तेरे थापड़े एने गया रोटी खा ला ओ कुड़िए इनू लेके जा रोटी खवा बे वीरे कानू पियोनी सी इनू हुन दस कौन सामू इनू कंजर नू जीजा खा ला ना रोटी ओ खा लाने आ रोटी कड़ा भजी जांदी आ हैं नाले रोटी ते नाल खानी आ एक बुरके दो एक बुरके मैं लिमिट च रहा लिमिट साड़ी नाल बह के रोटी खाऊंगा भाई ओ मम्मी देख ला हुण लग गया फिर ओही कर तुत्ता करण हुण एदा की करियो मम्मी नी रज्जो गाल दे नी एदे मुंह च दो बुरकियां जे कंजर टिक जूगा तां ओ मासी खवा दे इनू दो बुरकियां जिद्दी वाले है जे तू ना खवाई ना खई सो जूए जे साड़ी खवाऊगी तो खाऊंगा ਯਾ ਬੈਠਾ ਭੁੱਖਾ ਪਰ ਨਾ ਖਾ ਬੈਠਾ ਰਹਿ ਅਸੀਂ ਤਾਂ ਖਾ ਲੈਣੀ ਆ ਨੀ ਡੰਮ ਦੇ ਇਹਦਾ ਮੱਥਾ ਉਹ ਗਾਲ ਕਿਨੇ ਕੱਢੀ ਮੈਨੂੰ ਭੈਣ ਦੇ ਯਾਰ ਜੀਜਾ ਥੋੜਾ ਮੈਂ ਜੀਜਾ ਜੀਜਾ ਰੱਬ ਦਾ ਰੂਪ ਹੁੰਦਾ ਰੱਬ ਦਾ ਇੱਜ਼ਤ ਕਰਨੀ ਸਿੱਖੋ ਓਏ ਕਰੀ ਤਾਂ ਜਾਂਦੇ ਨੇ ਇੱਜ਼ਤ ਹੋਰ ਕਿਵੇਂ ਕਰਨ ਨਾਲੇ ਹੈ ਨੀ ਤੂੰ ਇੰਨੀ ਇੱਜ਼ਤ ਕਰਾਉਣ ਦੇ ਲਾਇਕ ਨਾਲੇ ਕੰਜਰ ਨੂੰ ਸਮਝਾ ਕੇ ਲਿਆਈ ਸੀ ਵੀ ਉੱਥੇ ਬੰਦਾ ਬਣ ਕੇ ਰਹੀ ਬਿੰਦਰ ਭੈਣ ਤੂੰ ਇਹਦੇ ਕੋਲ ਖੜੀ ਇੰਨਾ ਚਿਰ ਇਹਦਾ ਸ਼ਰਾਬੀ ਬੰਦੇ ਦਾ ਕੀ ਤਵਾਰ ਹੈ ਐਵੇਂ ਜਾ ਜਾਂਦੀ ਕਰਾ ਦੇ ਕਿਤੇ ਉਹ ਗੱਲ ਸੁਣ ਮੇਰੀ ਪੀ ਕੇ ਲਿਮਿਟ 'ਚ ਨਹੀਂ ਜੀਜਾ ਅੱਗੇ ਲਿਮਿਟ ਲਿਮਿਟ ਲਾਈ ਜਾਂਦਾ ਹੋ 25 ਲਿਮਟਾਂ ਹੀ ਚੱਲਦੀਆਂ ਸਾਡੀਆਂ ਬੈਂਕਾਂ 'ਚ ਹਾਂ ਲਿਮਿਟ ਲਿਮਿਟ ਉਹ ਸਾਲੇ ਉਹ ਤੁਹਾਡਾ ਜੀਜਾ ਜੀਜਾ ਮੈਂ ਜੀਜੇ ਦੀ ਇੱਜ਼ਤ ਕਰਨੀ ਸਿੱਖੋ ਹੈਂ ਉਹ ਲੋਕ ਆਪਣੇ ਜੀਜੇ ਦੇ ਥੱਲੇ ਲੱਗੇ ਹੁੰਦੇ ਨੇ ਔਰ ਤੁਸੀਂ ਸਾਲੇ ਬੁੱਧੋ ਕਿਸੇ ਥਾਂ ਦੇ ਚੱਲ ਜੀਜਾ ਰੋਟੀ ਖਾ ਲਾ ਨਾ ਨਾ ਰੋਟੀ ਆਪੇ ਖਾਊ ਹੈ ਤੂੰ ਨਹੀਂ ਲੈ ਕੇ ਜਾਏਂਗੀ ਚੰਗਾ ਮੈਂ ਨਹੀਂ ਖਾਂਦਾ ਰੋਟੀ ਇਹ ਨਹੀਂ ਖਾਂਦਾ ਮੈਂ ਤਾਂ ਸਾਲੀ ਨਾਲ ਖਾਊਂਗਾ ਮੇਰੀ ਵੀ ਅੱਜ ਜਿੱਦ ਹੋ ਗਈ ਤੁਹਾਡੇ ਨਾਲ ਜੇ ਮਨਜ਼ੂਰ ਆ ਤਾਂ ਰੋਟੀ ਖਾ ਲੂੰਗਾ ਵੀ ਵੀਰੇ ਖਾ ਲੈਣ ਦੇ ਇਹਨੂੰ ਦੋ ਬੁਰਕੀਆਂ ਨਹੀਂ ਭੁੱਖਾ ਹੀ ਪੈ ਜੂਗਾ ਇਹ ਉਹ ਅਸੀਂ ਕਦੋਂ ਰੋਕਦੇ ਹਾਂ ਸਾਡੇ ਨਾਲ ਖਾਂਦੇ ਨੂੰ ਸੰਗ ਆਉਂਦੀ ਇਹਨੂੰ ਲੈ ਜਾ ਬਿੰਦਰ ਭੈਣ ਨਾਲ ਰਹੀ ਕੋਈ ਇਤਬਾਰ ਨਹੀਂ ਇਹਦਾ ਆ ਲੈ ਜਾ ਫੜ ਬੇ ਲਾਡੀ ਨਾਲ ਲੱਗ ਸਾਡੀ ਫੜ ਭੈਣ ਜਾ ਫੜ ਕੰਜਰ ਖੜ ਜਾ ਸਾਲੀਏ ਗੱਲ ਤਾਂ ਸੁਣ ਲਾ ਚੱਲ ਜਾ ਕੇ ਟਿਕ ਜਾ ਕੰਜਰ ਕਿਸੇ ਥਾਂ ਦਾ ਖਾਈਏ ਰੋਟੀ ਭੰਡੜੇ ਨੇ ਨਾ ਜਲੂਸ ਕੱਢ ਕੇ ਰੱਖ ਲਾ ਇੱਕ ਮਿੰਟ ਫੋਨ ਆ ਗਿਆ ਆ ਗਿਆ ਇਹਨੂੰ ਫੋਨ ਹਾਂ ਐਮਐਲਏ ਸਾਹਿਬ ਹਾਂ ਦੇਖੀ ਪੈਣੇ ਕਿੰਨੇ ਫੋਨ ਆਉਂਦੇ ਨੇ ਜੀਜੀ ਨਾਲ ਕੰਜਰ ਨੂੰ ਸਮਝਾ ਕੇ ਲਈ ਸੀ ਵੀ ਉੱਥੇ ਨਾ ਜਲੂਸ ਕੱਢੀ ਇਹ ਕਾਨੂੰ ਟਿਕਦਾ ਸਾਲੀ ਬਹੁਤ ਘੈਂਟਾ ਮੇਰੀ ਵੀ ਛੱਡਦਾ ਕਿ ਨਹੀਂ ਫੋਨ ਚੱਲ ਚੰਗਾ ਆ ਹੀ ਰਹਿ ਗਿਆ ਸੀ ਕੰਜਰ ਮੇਰੇ ਕਰਮਾਂ 'ਚ ਕੰਜਰ ਨੇ ਰੋਲ ਕੇ ਰੱਖਤੀ ਟਿੱਬੇ ਵਾਲੇ ਸਰਦਾਰਾਂ ਦੀ ਤੀ ਚੱਲ ਵੇ ਲਾਡੀ ਪਾਈਏ ਕੰਜਰ ਨੂੰ ਓਏ ਬਸ ਕਰ ਉਹ ਮੇਰੇ ਸਾਲਾਂ ਦਾ ਪਹਿਲੀ ਭੁੱਖੜ ਨਹੀਂ ਫਿਰ ਹੋਰ ਲਿਆਉਣਾ ਪਊ ਬੰਤ ਚੱਲ ਅੰਦਰ ਚੱਲੀਏ ਮੇਰਾ ਸਾਲਾ ਕਿਤੇ ਫੇਰ ਨਾ ਗੰਦ ਪਾਵੇ ਚੱਲ ਆ ਜਾ ਕੁੜੀਆਂ ਕੱਲੀਆਂ ਨੇ ਅੰਦਰ ਆ ਜਾ ਬਾਈ ਚੱਲ ਚੱਲੀਏ ਉੱਠ ਖੜਾ ਹੁਣ ਰਾਤ ਨੂੰ ਤਾਂ ਮੂਤ ਨਾ ਰੱਜ ਕੇ ਪੈ ਜੂ ਇਸ ਵੇਲੇ ਤਾਂ ਉੱਠਿਆ ਨਹੀਂ ਜਾਂਦਾ ਨਾ ਉੱਤਰ ਗਈ ਲੈ ਗਿਆ ਚਾਹ ਸਾਡਾ ਜਲੂਸ ਕੱਢ ਕੇ ਕੰਜਰ ਨੂੰ ਇੰਨਾ ਸਮਝਾ ਕੇ ਲਿਆਈ ਸੀ ਪਰ ਮਜਾਲ ਇਹਦੇ ਕੰਨ ਤੇ ਜੂੰ ਸਰਕ ਜੇ
रात ना खाधी पीती च थोड़ा जहा बद बोलिया गया धर्म नाल तेरे सिर दी सौ लगी कुत्ता हो जाए जब दारू नूं मूंह लावे बे तू रहण दे थोड़ियां शराबियां दियां कादियां सौहां ने सवेरे सौ पाउने आथने तोड़ दिने चल मिट्टी पा हुण चल और जो शगन वाले आएंगे तैयारी करते आप आने वाले नहीं शगन वाले हिसाब नाल रही कितने उन्होंने आया तो ना जलूस कढ़ी जाई नाले फिर तेनों पता ही है मेरा ब्लड प्रेशर छेती हो बढ़ जाता ओ नहीं करता कह तो दिता होना ओ पापा बंदा नहीं बनता यार तू ओ दारू तो सारी दुनिया पींदी है पर तू कल्ला होएगा जेड़ा दारू पी के इना गंद पौना है मम्मी आपा अगे तो कल्ली आ जाया करांगे इनू नहीं नाल लेके आना वे लाडी झोटे मूहरे बीन बजाउण दा कोई फायदा नहीं आपा शगन दा काम नबेड़ के ना घरे चल दे उत्थे फिर इनू मैं कर दी सीधा मामे होरी भी नाराज ने गल दे तू ना दारू पी के रात नू बहुत कुछ बोल गया ओ ता चल मामे जी उन्होंने तो कर लिया बर्दाश्त जे कोई होर हुंदा ना सिटी लैंदा तैनू चल पापा तैयार होके आ जा मैं चलदा लगदा पूरा पत्ते बोलिया गया रात चल कितरी नहीं मरते साले ने इन्ना कख तो जीजी का बनते होंगे ए रजो बिंद्र पानी गर्म कर ना लिया थोड़ा जा बे पुत घर बार तो सोहना लगता लगता अपने बराबर दे ही है सत श्री अकाल जी सत श्री अकाल जी आउन च कोई दिक्कत तो नहीं आई जी ना जी चलो आ जाओ काका जी आ जाओ ये साडी बिंदर भैन सत श्री अकाल जी ते आ साडे प्रौणा साहब ते आ साडा लाडला लाडी भाणजा ओए होर भाई काका ठीक है सब हां जी हां जी होर फसल बाड़ी ठीक है हां जी हां जी सब वधिया अच्छा तुसी नौकरी बारे गल करदे सी बणया कुछ कि नहीं हां जी मैं इंटरव्यू दे आया सी ते जॉब लग गई आ ओ किवें साडूआ पैगे पुग भी ला लाना के पढ़ाई करी हुण तक हैं ना जी कदे पीती नहीं पहला डैडी ने भी नहीं कदे पीती ओ कोई ना ला देंगे पीण आपा ना ना जी साडा घर तां शुद्ध वैष्णू आ साडे घरे तां आंडा मीट नहीं बन दंदे हैगे घरे ओ कोई ना मासी जी वाड़ दांगे आपां हैगे गल आ इक मासी जी जे थोड़ी कोई मंग आ ना तां सानू हुणी दस दो फिर ना मौके ते औखा हो जांदा ना धीए साडी कोई मंग नहीं हैगी जे तुहानू ठीक लगे तां असीं पंज बंदे बरात च लिया के चुन्नी चढ़ा के ले जांगे कुड़ी नूं होए ओ तां गल ठीक है मासी जी बंदे भावे तुम पंजे छी लियाओ पर दारू चलूगी क्यों सालिया वह प्रौने तू चुप कर वह दारू भी चलू मीट भी चलू वह तू क्यों फिक्र करदा वह तू चुप रह विंद्र बुलाओ भाई रजन जी गल करनी कर लोगी जिंदगी तो उन्हें कट्टी सारी ठीक है वीरे मैं लैके आनी हाँ रजन जा लिया जाके कोई ना साडू आ नीचो रख उ आऊगी फोन आ गया मंत्री का आ भी मंत्री साहब ओ नहीं 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 ओ आना सी मेरे कोले ओ कोई ना करा देंगे फैसला आप हाँ बस एक शगन दी छोटा जा हाँ 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 साड़ी का मंगना दी हाँ करा पार्टी आप नौकरी लवाना पा इनू हाँ चल चंगा मंत्री साहब आ गई मेरी थाली तैयार हो गई सत श्री अकाल जी सत श्री अकाल हाय किन्नी सोहनी है नी मैं सदके जावा आ जाती है मेरे को बैठ देख ला साडू हुण तीए तेनू करन पसंद है हाँ जी मम्मी पसंद चलो ठीक है जी जे मुंडा कुड़ी एक दूजे नू पसंद करते ने तां फिर पाओ शगन एक गल होर मासी जी
जे थोनू कोई डिक्का नहीं तो आप आउंदे असू दा व्याह रख लीए। बई मेरे वालों तो हाँ है ते तुहानू सारे परिवार नू मेरे वालों वधाइयां होण। थोनू भी सारे नू बहुत बहुत वधाइयां जी। लै जीजा मूँह मिठा कर लै। लै जीजा संग दा का तू है खाला मसड़ा मेरी मम्मी ने केड़ा जूठा करके दिता तेनू। चलो मासी जी प्रौणा साहब ए जीजा सत्कार योग। हाँ चलो चलो उधर खाना लगे। चलो भाई सारे जेदा मुर्गा मरगा बनाए फिर खावे। ओ चलता सही नहीं अपना चकले जो कारखाना। हाँ जी हाँ जी बस सौरे गए बती थोनू पता ही है बस दिन तक लग ही जाते ने। वो कितने रह गए भाई वो जो रहा बंत हैं वो जो रहा ले आओ भाई ले आओ बोतल बोतल साड़ी दे मंगने दे आया। वो कल कासर रह गई थी प्राणे हाँ जड़ी हूँ कड़नी है। वो साड़े तुस्ते भी मोक मर जाने हैं नाले मैं भोग तो नहीं आया मरग दते शगन तो आया साड़ी दे लिया हूँ प्राणे हाँ हिसाब की पी फिर ओए ओ कदा प्राणा होए जरा सौरिया के हिसाब किताब रखे हैं आप पता बेसा भी पीवेंगे भाई और फुल मारेंगे ललकारे थोड़े शरीके जी भी पता लगे मिट्टी पीड़े पर प्राणा आया लिया बोतल चके जीजा जे ना पीवे सरदा नहीं तेरा। ओ सरदा तो नहीं साड़िए जे तू कहनी हाँ फिर सार भी लवेंगे। बेबीरे लिया दो थोड़ी जी इन्हें कितने सारना बेसबरे ने। ओ लिया लियाओ साड़िए तू कुकड़ रख ला है प्राणे की सेवा करया करो है चल ओ तेरा प्राणे का खाँदा घास फूस ओनू चाहे तू कुछ भी खवाई आई है आप कुकड़ तो बिना नहीं भी खाते। ओ ठीक है प्राणे तू लाला ना सट मैं लिया जा लिया लिया जाके चल ए अदल लेनी पैनी है बंसिया बढ़ लैने कुकड़ तू है ओ कुड़ी का मंगना करके हटे हो बुढ़ी का भुगत नहीं पा के हटे। ओए हाँ हाँ जीजा करन ता गया हुण इंतजाम है चल जा लिया देना कोई नहीं बड़ बड़ दिमाग खा लिया ने ता जिद्दी दी ब्याही आ ना कंजर ने तपाती किथे रोडा लग्या कंजर किसे थां दा। ओ तू जा मूड ना खराब करे मैं लग जो लेक्चर देना जब मैं तेनू तेरे सहरे कुछ कहता तू मैनू मेरे सहरे क्यों कहनी हाँ गला मार दिया नाले जिन्ना तू मैनू तंग कर देना अपने पिंड ओना मैं तेनू तेरे पिंड करूँ हटाए नहीं तू मैनू प्राणे हम इस करके आखर नू कमाल ओ लिया ओ भी करो सेवा यार कमाल होगी साड़ी दे मंगने जे आया हैं आसी कड़ा हुई हैं हैं वाह साला साहब वाह स्वाद लिया था तू अज साले होण तो थोड़े वर्गे नहीं होण ना दुनिया ते देखो प्राणे की सेवा तो उपर कुछ नहीं है साला साहब ऐ समझ लो जही प्राणे की सेवा कर ली वह यह बंदा गंगा ना लिया हाँ पाप है का तुसी भी लाओ होर लाओ यार डरते क्यों हो बंदा तो तू हीरा प्राणे हाँ पर कदे कदे जमी चबड़ा बढ़ता ओ दारू कुकड़ वाली करी गल जीजा पर पी के खलारे ना कर ओ साले ओ लैक्चरी दे जाओगे तर लो तो पोरा अद होगी पाओ पैक यार चल बस कर हुन रोटी खा के चुप करके पै जा हुन ओ खा लने रोटी भी रोटी खान जोगा कर तो लो प्राणे नू चल हुन तू खड़ा हो जा बहुत होगी पी के फेर लग जाएगा कल मंगू भौंकण ज्यादा तेरे पचदी नहीं चल बे लाडी फड़ इनू ओ सेवा मंगो होगी भाइया बलदी भैन मरावे थोड़ी दारू खड़ी हो गए मैं चलिया अपने घर मैं धार नहीं मारदा थोड़ी दारू से।
ਜਿੱਥੇ ਦੇਖਦੇ ਆਂ ਬੇਇੱਜ਼ਤੀ ਕਰ ਦਿੰਦੇ ਆਂ ਪ੍ਰਾਹੁਣੇ ਦੀ ਗੱਲ ਆ ਕੋਈ ਇਹ ਵੀ ਹੁਣ ਇਸ ਵੇਲੇ ਕਿਹੜੀ ਤੇਰੇ ਪਿਓ ਦੀ ਬੱਸ ਜਾਊਗੀ ਤੜਕੇ ਜਾਵਾਂਗੇ ਪੈ ਜਾ ਚੁੱਪ ਕਰਕੇ ਚੱਲ ਵੇ ਲਾਡੀ ਪਾਈਏ ਇਹਨੂੰ ਉਹ ਪਾਪਾ ਕਾਸ ਤੋਂ ਬਿਨਾਂ ਹੁਣ ਯਾਰੀ ਨਹੀਂ ਤੈਨੂੰ ਚੰਗਾ ਵਾਲਾ ਪਤਾ ਹੈ ਇਹ ਦਾਰੂ ਨੇ ਇੰਨੇ ਘਰ ਉਜਾੜਤੇ ਟੱਬਰਾਂ ਦੇ ਟੱਬਰ ਗਾਲਤੇ ਤੈਨੂੰ ਫੇਰ ਵੀ ਨਹੀਂ ਸਮਝ ਆਉਂਦੀ ਯਾਰ ਉਹ ਰਿਸ਼ਤੇਦਾਰੀਆਂ ਤਾਂ ਪਿਆਰ ਤੇ ਸਤਿਕਾਰ ਨਾਲ ਹੁੰਦੀਆਂ ਯਾਰ ਤੂੰ ਚੰਗਾ ਲੱਗਦਾ ਸਹੁਰੇ ਘਰ ਆ ਕੇ ਗੰਦ ਪਾਉਂਦਾ ਨਾ ਜੇ ਤੁਹਾਡਾ ਪ੍ਰਾਹੁਣਾ ਤੁਹਾਡੇ ਘਰੇ ਆ ਕੇ ਐਂ ਗੰਦ ਪਾਵੇ ਤੈਨੂੰ ਕਿਵੇਂ ਲੱਗੂ ਨਾਲੇ ਧੀਆਂ ਦੇ ਮਾਂ ਪਿਓ ਤਾਂ ਜਾਣ ਕੇ ਨਹੀਂ ਬੋਲਦੇ ਵੀ ਸਾਡੀਆਂ ਧੀਆਂ ਨੂੰ ਤਾਨੇ ਮਿਹਣੇ ਨਾ ਸੁਣਨੇ ਪੈਣ ਪਰ ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਆ ਕੇ ਉਹਨਾਂ ਨੂੰ ਜਲੀਲ ਕਰੀ ਜਾਓ ਹਾਂ ਕੰਜਰ ਕਿਸੇ ਥਾਂ ਦਾ ਉਹ ਤੈਨੂੰ ਧੀ ਦਿੱਤੀ ਆ ਅਸੀਂ ਤਾਂ ਨਹੀਂ ਬੋਲਦੇ ਸਾਡੇ ਹੱਥ ਵੀ ਚੱਲਦੇ ਆ ਤੇ ਸਾਡੀ ਜ਼ਬਾਨ ਵੀ ਚੱਲਦੀ ਆ ਉਹ ਜੀਜਾ ਦਾਰੂ ਕੁੱਕਰ ਦੀ ਕਿਹੜੀ ਗੱਲ ਹੈ ਪਰ ਪੀ ਕੇ ਖਲਾਰਿਆ ਨਾ ਕਰ ਸਮਝ ਗਿਆ ਸਾਡੇ ਪਰਿਵਾਰ ਦਾ ਹਿੱਸਾ ਤੂੰ ਜੀਜਾ ਘਰ ਦਾ ਕੋਈ ਵੀ ਅਹਿਮ ਫੈਸਲਾ ਲੈਣ ਤੋਂ ਪਹਿਲਾਂ ਅਸੀਂ ਤੈਨੂੰ ਪੁੱਛਦੇ ਹਾਂ ਤੇਰੀ ਸਲਾਹ ਲੈਂਦੇ ਹਾਂ ਮਰੇ ਜੰਮੇ ਤੱਕ ਤੈਨੂੰ ਪੁੱਛਦੇ ਹਾਂ ਫਿਰ ਵੀ ਇੱਦਾਂ ਕਰਦਾ ਤੂੰ ਯਾਰ ਕਿੱਧਰ ਦੇ ਸਿਆਣਪ ਹੈ ਯਾਰ ਇਹ ਕਿੰਨਾ ਕੁਛ ਬੋਲ ਜਾਂਦਾ ਜੀਜਾ ਤੂੰ ਮੈਨੂੰ ਕਦੇ ਗੁੱਸਾ ਕੀਤਾ ਤੇਰਾ ਜਿੰਨੀ ਅਸੀਂ ਬਿੰਦਰ ਭੈਣ ਦੀ ਇੱਜ਼ਤ ਕਰਦੇ ਹਾਂ ਨਾ ਉਦੋਂ ਵੱਧ ਤੇਰੀ ਕਰਦੇ ਹਾਂ ਉਹ ਪਾਪਾ ਕਿਉਂ ਕਮਲ ਛਾਂਦਾ ਹੁੰਦਾ ਇੰਨਾ ਇੱਜ਼ਤ ਕਹਿ ਕੇ ਯਾਰ ਤੱਕੇ ਨਾਲ ਨਹੀਂ ਕਰਾਈ ਜਾਂਦੀ ਓ ਯਾਰ ਮੈਨੂੰ ਮਾਫ ਕਰ ਦਿਓ ਬਾਈ ਮੇਰੀ ਬਹੁਤ ਬੜੀ ਗਲਤੀ ਆ ਦਾਰੂ ਪੀ ਕੇ ਮੈਂ ਆਪਣਾ ਰਿਸ਼ਤੇਦਾਰੀ ਖਰਾਬ ਕਰ ਲਈ ਸੀ ਤੁਸੀਂ ਮੇਰੀਆਂ ਅੱਖਾਂ ਖੋਲਤੀਆਂ ਬਾਈ ਅੱਜ ਮੈਨੂੰ ਆਪਣੇ ਕਿੱਤੇ ਦੇ ਬਹੁਤ ਪਛਤਾਵਾ ਬਾਈ ਮੈਨੂੰ ਮਾਫ ਕਰ ਦਿਓ ਬੰਸਿਆ ਤੂੰ ਹੱਥ ਨਾ ਬੰਨ ਫਿਰ ਵੀ ਪ੍ਰਾਹੁਣਾ ਹੈਗਾ ਇਹ ਜੋਰਾ ਮੇਰਾ ਛੋਟਾ ਭਾਈ ਵੱਧ ਤੂੰ ਮੇਰਾ ਬੜਾ ਭਾਈ ਬਸ ਮੈਨੂੰ ਮਾਫ਼ ਕਰ ਦੋ ਕਿਹਾ ਉਹ ਪ੍ਰਾਹੁਣਿਆ ਐ ਨਾ ਕਹਿ ਯਾਰ ਸਾਲਾ ਮੇਰਾ ਮਨ ਭਰਿਆ ਹੁੰਦਾ ਬਸ ਬਾਈ ਬਸ ਸਿਆਣਾ ਬਣ ਬਿੰਦਰ ਗਲਤੀ ਹੋ ਗਈ ਅੱਜ ਤੋਂ ਬਾਅਦ ਆਪਾਂ ਖੁਸ਼ੀ ਖੁਸ਼ੀ ਰਹਾਂਗੇ ਦਾਰੂ ਛੱਡਤੀ ਬਸ ਤੂੰ ਵੀ ਮੈਨੂੰ ਮਾਫ਼ ਕਰ ਦੇ ਭਾਈ ਰਜੋ ਤੂੰ ਵੀ ਮੇਰੀਆਂ ਛੋਟੀਆਂ ਭੈਣਾਂ ਵਰਗੀਆਂ ਠੀਕ ਆ ਉਹ ਸਾਲੇ ਮੇਰੇ ਮੂੰਹ ਕਨੀ ਕੀ ਦੇਖੀ ਜਾਂਦੇ ਹੋ ਉਹ ਜੇ ਰੱਜੋ ਦੇ ਮੰਗਣ ਦੀ ਖੁਸ਼ੀ 'ਚ ਨਹੀਂ ਪਲਾਣੀ ਤਾਂ ਇਸੇ ਖੁਸ਼ੀ 'ਚ ਪਲਾ ਦਿਓ ਕਿ ਮੈਂ ਬੰਦਾ ਬਣ ਗਿਆ ਉਹ ਪਾਲਾ ਬਹੁਤ ਠੀਕ ਠਾਕ